ਫਰੈਂਡਸ ਕੀਟੋ ਡਾਈਟ ਬਹੁਤ ਵਾਰ ਮੈਨੂੰ ਕਲੀਨਿਕ ਤੇ ਪੇਸ਼ੈਂਟਸ ਮੇਰੇ ਕੋਲ ਕੀਟੋ ਡਾਈਟ ਲਈ ਆਂਦੇ ਆ ਐਂਡ ਦ ਰਿਜ਼ਲਟਸ ਆਰ ਰੀਲੀ ਨਾਈਸ ਵੈਨ ਇਟ ਕਮਸ ਟੂ weight loss ਟ੍ਰੀਟਮੈਂਟ ਆਫ PCOD ਐਂਡ ਸ਼ੂਗਰ ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਡਾਈਟੇਸ਼ਨ ਪੱਲਵੀ ਜਸਲ ਗੱਲ ਕਰਨ ਵਾਲੀ ਆ ਕੀਟੋ ਡਾਈਟ ਬਾਰੇ कीटो डाइट एक ऐसी डाइट है जेडी की लो कार्बोहाइड्रेट डाइट होती है जिदे विच मॉडरेट प्रोटीन होता है और उदे विच जेडी फैट दी क्वांटिटी है वो बहुत ज्यादा होती है ਹੌਲੀ ਹੌਲੀ ਅਸੀਂ ਜਿਹੜੇ ਕੀਟੋ ਤੇ ਜਿੰਨਾ ਪੇਸ਼IENTS ਨੂੰ ਪਾਣੇ ਆ ਜਾਂ ਜਿੰਨਾ ਕਲਾਈਐਂਟਸ ਨੂੰ ਪਾਣੇ ਆ ਅਸੀਂ ਹੌਲੀ ਹੌਲੀ ਉਹਨਾਂ ਦਾ ਜਿਹੜਾ ਕਾਰਬੋਹਾਈਡਰੇਟਸ ਹੈਗੇ ਆ ਉਹਨੂੰ ਅਸੀਂ 20 ਤੋਂ 50 ਗ੍ਰਾਮ ਦੀ ਰੇਂਜ ਵਿੱਚ ਰੱਖਦੇ ਆ ਇਹਦੇ ਨਾਲ ਬਹੁਤ ਸਾਰੇ ਹੈਲਥ ਬੈਨੀਫਿਟਸ ਹੋ ਸਕਦੇ ਆ ਸਪੈਸੀਫਿਕਲੀ ਜਿਹੜੇ ਪੋਲੀਸਿਸਟਿਕ ఓਵਰੀਅਨ ਸਿੰਡਰੋਮ ਦੇ ਪੇਸ਼IENTS ਹੈਗੇ ਆ ਜਿਨ੍ਹਾਂ ਨੂੰ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਡਾਇਬੀਟਿਸ ਹੁੰਦੀ ਹੈ ਉਹਨਾਂ ਦੇ ਵਿੱਚ ਕੀਟੋ ਡਾਈਟ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦੀ ਹੈ ਕੀਟੋ ਡਾਈਟ ਦੇ ਵਿੱਚ ਬਹੁਤ ਸਾਰੇ ਤੁਸੀਂ ਇੰਟਰਨੈਟ ਤੇ ਪਰਦੇ ਹੋਮੋਗੇ ਬਹੁਤ سارے ਮੈਸੇजेस ਤੁਹਾਡੇ ਫਰੈਂਡ ਨੇ ਰਿਸ਼ਤੇਦਾਰ ਨੇ ਤੁਹਾਨੂੰ ਦੱਸਿਆ ਹੁੰਦਾ ਹੈ ਕਿ ਇਹ ਚੀਜ਼ਾਂ ਤੁਸੀਂ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ ਅੱਜ ਆਪਾਂ ਗੱਲ ਕਰਾਂਗੇ ਕੁਝ ਐਸੀ ਬ੍ਰਾਡਵੇ कैटेगरीज uh, बारे जो लै सकते हो और नहीं लै सकते कोई भी चीज़ जिद शुगर है यानी कि कार्बोहाइड्रेट है वह अवॉयड करनी है टू मैनी फ्रूट्स आर नॉट गुड इन कीटो डाइट मिल्क इज नॉट गुड इन कीटो डाइट बिकॉज इट हैज़ मिल्क शुगर विच इज़ लैकटोज फ्रूट्स है फ्रकटोज विच इज़ अ फ्रूट शुगर तुम्हें इनू अवॉयड करना है जो कीटोडाइट पर कोई कलाइंट नी पाने बड़े खुश होंगे हूँ तो अं कुछ भी तलिया होया खा सकते हैं बट कीटोडाइट इज नॉट अबाउट अनहेल्दी फैट्स जि ਤੇਲ ਦੇ ਵਿੱਚ ਬਾਰ ਬਾਰ ਖਾਣਾ ਗਰਮ ਹੋਇਆ ਹੈ ਤੁਸੀਂ ਉਹਨੂੰ ਅਵੋਇਡ ਕਰਨਾ ਹੈ ਲੇਕਿਨ ਜੇ ਤੁਸੀਂ ਇਹ ਸੋਚਦੇ ਹੋ ਤੁਸੀਂ ਕਿੰਨਾ ਵੀ ghee ਮੱਖਣ ਤੇਲ ਮਲਾਈ ਖਾ ਸਕਦੇ ਹੋ ਸੋ ਯੂ ਆਰ ਰੋਂਗ ਹਰ ਚੀਜ਼ ਦੀ ਇੱਕ ਪ੍ਰਪੋਰਸ਼ਨ ਹੁੰਦੀ ਹੈ ਜਿਹੜੀ ਕਿ ਜੋ ਵੀ ਅਸੀਂ ਕੀਟੋ ਡਾਈਟ ਪੇਸ਼IENTS ਨੂੰ ਦਿੰਨੇ ਆ ਅਸੀਂ ਉਹ ਅਸੀਂ ਨਿਰਧਾਰਿਤ ਕਰਕੇ ਦਿੰਨੇ ਆ ਕਿ ਇਸ ਦਿਨ ਦੇ ਵਿੱਚ ਤੁਸੀਂ ਇੰਨਾ ਬਟਰ ਇੰਨਾ ਕੋਕੋਨਟ ਜਾਂ ਇੰਨਾ 올ਿਵ ਆਇਲ ਲੈਣਾ ਹੈ ਔਰ ਕਿੰਨਾ ਪ੍ਰੋਟੀਨ ਲੈਣਾ ਹੈ बिकॉज़ ਆਮ ਤੌਰ ਤੇ ਮੈਂ ਦੇਖਦੀ ਆ ਕਿ ਜੋ ਵੀ ਕੀਟੋ ਡਾਈਟ ਕਰ ਰਹੇ ਆ ਉਹਨਾਂ ਨੂੰ ਇਸ ਟਾਈਪ ਦੇ ਵਿੱਚ ਫੈਟ ਤੇ ਮਹੱਤਵ ਦਾ ਨਹੀਂ ਪਤਾ ਹੁੰਦਾ ਉਹ ਇਹੀ ਸੋਚਦੇ ਆ ਕਿ ਹਾਈ ਪ੍ਰੋਟੀਨ ਡਾਈਟ ਅਸੀਂ ਲੈ ਰਹੇ ਆ ਦੋ ਚਾਰ ਚਮਚ ਅਸੀਂ ਤੇਲ ਦੇ ਲੈ ਰਹੇ ਆ ਸੋ ਵੀ ਆਰ ਇਨ ਟੂ ਕੀਟੋ ਨੋ ਕੀਟੋ ਡਾਈਟ ਦਾ ਮਤਲਬ ਇਹ ਹੈ जे तुसी अपनी बॉडी की गल करो तो बॉडी का जोड़ा प्राइमरी सोर्स ऑफ एनर्जी है वह है ग्लूकोज लेकिन जोड़ा कि कार्बोहाइड्रेट है लेकिन जो आप डाइट पर होंने तो जो प्राइमरी सोर्स ਆਫ એનર્ਜੀ ਹੈ ਅਸੀਂ ਉਹਨੂੰ ਫੈਟ ਬਣਾਉਂਦੇ ਆ ਬਿਕੋਜ਼ ਅਸੀਂ ਕਾਰਬੋਹਾਈਡਰੇਟ ਇੰਨੇ ਘੱਟ ਕਰ ਦਿੰਦੇ ਆ ਕਿ ਤੁਹਾਡੀ ਬਾਡੀ ਜਿਹੜੀ ਹੈ ਉਹ ਤੁਹਾਡੀ ਬਾਡੀ ਦਾ ਫੈਟ ਯੂਜ਼ ਕਰਦੀ ਹੈ ਔਰ ਇੱਕ ਤੁਹਾਡੀ ਬਾਡੀ ਵਿੱਚ ਇੱਕ ਚੇਂਜ ਆਉਂਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿਟੋਸਿਸ ਔਰ ਇੱਕ ਕਿਟੋਸਿਸ ਹੀ ਤੁਹਾਡਾ weight loss ਕਰਦਾ ਹੈ PCOD ਦੇ ਸਿੰਪਟਮਸ ਨੂੰ ਇਹ ਸਹੀ ਕਰਦਾ ਹੈ ਸੋ ਇਟ ਇਜ਼ ਨਾਟ ਓਨਲੀ ਅਬਾਊਟ ਡਿਕਰੀਜ਼ਿੰਗ ਦਾ ਕਾਰਬਸ ऑर इनक्रीजिंग द प्रोटीनज इट इज़ अबाउट द एक्यूरेट फैट कंटेंट इन योर डायट लेकिन जेडे अच्छे ऑयल्स है जो मिलते हैं सीड्स एंड नट्स तो, एं तो मीडियम चेन ट्राइलैस राइड्स जेडे कि तुम तो कोकोनट ऑयल्स मिलते हैं असी पेशेंट्सू यह रेकमेंड करते हाँ आवो काडो है अजक इंडिया रेडि अवेलेबल है बेले बेले ले सकते हो तीस मीट्स ले सद रेड या लीन मीट ती कोई भी लै सकते हो एग्ज लै सद फिश लेकिन द चॉइसिज हैव टू बी ਸੀ ਫਰੋਮ ਦਾ ਹੈਲਦੀ ਆਪਸ਼ਨਸ ਓਨਲੀ ਲੇਕਿਨ ਜਿਹੜੇ ਪੇਸ਼ੈਂਟਸ ਸਾਡੇ ਕੋਲ ਆਉਂਦੇ ਆ ਕੀਟੋ ਵਾਸਤੇ ਜਿਨ੍ਹਾਂ ਨੂੰ ਗੋਲ ਸਟੋਨਸ ਹੈਗੇ ਆ ਅਸੀਂ ਉਹਨਾਂ ਨੂੰ ਇਹ ਸੁਝਾਅ ਨਹੀਂ ਦਿੰਦੇ ਬਿਕੋਜ਼ ਬਾਡੀ ਦੇ ਵਿੱਚ ਫੈਟ ਮੈਟਾਬੋਲਿਜ਼ਮ ਤੇ ਸਾਨੂੰ ਕਾਫੀ ਵਰਕ ਕਰਨਾ ਪੈਂਦਾ ਹੈ ਜੇ ਕੋਈ ਪ੍ਰੈਗਨੈਂਟ ਹੈ ਜਾਂ ਲੈਕਟੇਟਿੰਗ ਹੈ ਅਸੀਂ ਉਹਨਾਂ ਨੂੰ ਕੀਟੋ ਡਾਈਟ ਨਹੀਂ ਪ੍ਰਿਸਕ੍ਰਾਈਬ ਕਰਦੇ ਇਸ ਲੇਕਿਨ ਕੁਝ ਐਸੀਆਂ ਮੈਡੀਕਲ ਕੰਡੀਸ਼ਨਸ ਵੀ ਹੈਗੀਆਂ ਜਿਹੜੀਆਂ ਕਿ ਕੀਟੋ ਡਾਈਟ ਨਾਲ ਇੰਪਰੂਵ ਹੁੰਦੀਆਂ ਜਿਵੇਂ ਕੁਝ ਸਕਿਨ ਡਿਜ਼ੀਜ਼ ਹੈ ਜਿਵੇਂ ਕਿ ਕੁਝ ਸਕਿਨ ਡਿਜ਼ੀਜ਼ਸ ਹੁੰਦੀਆਂ ਜਾਂ ਕਿਸੇ ਨੂੰ ਐਲਜ਼ਾਈਮਰਸ ਹੈ ਜੇ ਕਿਸੇ ਨੂੰ ਪਾਰਕਿਨਸਨ ਡਿਜ਼ੀਜ਼ ਹੈ ਕੈਂਸਰਸ ਹੈ ਕੁਝ ਤਰ੍ਹਾਂ ਦੇ ਜਿਹੜੇ ਕਿ ਕੀਟੋ ਡਾਈਟ ਨਾਲ ਕਾਫੀ ਉਹਦੇ ਵਿੱਚ ਤੁਹਾਨੂੰ ਅੱਛੇ ਰਿਜ਼ਲਟਸ ਮਿਲਦੇ ਆ ਲੇਕਿਨ ਅੰਡਰਲਾਈਇੰਗ ਵਰਲ ਐਜ਼ ਅ ਨਿਊਟ੍ਰੀਸ਼ਨਿਸਟ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਜਿਹੜਾ ਕਿ ਮੈਂ ਸਾਰੇ ਕਲਾਇੰਟਸ ਨੂੰ ਕਹਿੰਨੀ ਆ ਕਿ ਹਰ ਇੱਕ ਕਲਾਇੰਟ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਅਲੱਗ ਹੈ ਸਾਨੂੰ ਇਹ ਕੈਲਕੂਲੇਟ ਕਰਨਾ ਪੈਂਦਾ ਹੈ ਕਿ ਅਸੀਂ ਤੁਹਾਨੂੰ ਕਿੰਨਾ ਪ੍ਰੋਟੀਨ ਦੇਣਾ ਹੈ ਕਿੰਨਾ ਤੁਹਾਨੂੰ ਫੈਟ ਦੇਣਾ ਹੈ ਇਹ ਨਹੀਂ ਕਿ ਤੁਸੀਂ 6 ਚਮਚ ਫੈਟ ਦੇ ਪੀਲੇ then you are setting your body into ketosis no it is a technical science Jiriki ki asi, apne clients धीरज और बहुत समझी एनू uh, अपने कलाइंट्स uh, निसक्राइब करते हैं सो so, जो भी तुसी कीटो डाइट करनी है तुसी बिना किसे तो बिना किसी न्यूट्रिशनिस्ट से सलाह तो ना करो बिकॉज जे तुम सही ढंग कीटो नहीं करते ज़्यादा समय तक कीटो डाइट कर दुडे तो वास्ते नुकसानदेह भी हो सकता है सो दिस इज़ ऑल फॉर नाउ दिस इज डायटिशन पलवी जैसल से बाय फॉर नाउ टिल वी मीट अगैन स्टेबलैसड एंड लिव लाइफ मोर